subscribe to Punjabi Real TV. Relvin Appudo. Nappudo. Hello ji, my name is Simri Singh and she is Dilip Kaur. Sushika. So guys, Coke Studio de jede songs oh lagatar aa rahe hai, but appa unna di reaction nu late ho rahe hai te thode yaar issue chal rahe hai. Jivein ki tuhanu pata Kartarpur Sahib da jehda corridor hai khulne wala badi jaldi te ਅਸੀਂ ਉਹ ਉਸ ਕਹਿ ਲਓ ਕਿ ਉਸੇ ਤਿਆਰੀ ਵਿੱਚ ਸੀ ਅਸੀਂ ਹੁਣੇ ਹੁਣੇ ਆਏ ਹਾਂ ਜਲੰਧਰ ਸਿਟੀ ਹੈ ਸਾਡੇ ਤੋਂ ਥੋੜ੍ਹਾ ਜਿਹਾ ਦੂਰ ਆ ਘੰਟਾ ਡੇਢ ਘੰਟੇ ਰਸਤਾ ਅਸੀਂ ਪਾਸਪੋਰਟ ਮੈਂ ਰੀਇਸ਼ੂ ਕਰਵਾਇਆ ਇਹਨਾਂ ਦਾ ਨਵਾਂ ਬਣਾਇਆ ਅਤੇ ਇਸੇ ਕਰਕੇ ਬਣਵਾਇਆ ਵੀ ਹਾਂ ਵੀ ਪਹਿਲਾਂ ਕਰਤਾਰਪੁਰ ਸਾਹਿਬ ਆਉਣਾ ਅਤੇ ਮੇਨਲੀ ਹੈ ਨਾ ਕਿਉਂਕਿ ਉੱਥੇ ਆਉਣਾ ਤਾਂ ਬਣਦਾ ਹੀ ਹੈ ਨਾ ਅਤੇ ਆਪਾਂ ਮੀਟਅਪ ਵੀ ਰੱਖਣਾ ਉੱਥੇ ਸੋ ਐਨੀਵੇਜ਼ ਉਹ ਗੱਲਾਂ ਵੱਖਰੀਆਂ ਅਤੇ ਅੱਜ ਜਿਹੜਾ ਆਪਾਂ ਰਿਐਕਸ਼ਨ ਕਰਾਂਗੇ ਉਹ ਕਰਾਂਗੇ ਜੀ ਕੋਕ ਸਟੂਡੀਓ ਦਾ ਇੱਕ ਸੌਂਗ ਹੈ ਅਬਰਾਰ ਅਲ ਹੱਕ ਦਾ ਜੋ ਕਿ ਲੀਜੈਂਡਰੀ ਆਰਟਿਸਟ ਨੇ ਅਤੇ ਉਹਨਾਂ ਦਾ ਸੌਂਗ ਹੈ ਬਿੱਲੋ ਬਾਕਮਾਲ ਹੋਊਗਾ ਕਿਉਂਕਿ ਇਹਨਾਂ ਜਿਹੜੇ ਆਪਾਂ ਸੌਂਗਸ ਅੱਗੇ ਵੀ ਦੇਖਦੇ ਹਾਂ ਉਹ ਹਮੇਸ਼ਾ ਬੜੇ ਵਧੀਆ ਹੁੰਦੇ ਆ ਹਨਾ ਫੁੱਲ ਯਾਨੀ ਜੋਸ਼ ਵਾਲੇ ਭੰਗੜੇ ਟਾਈਪ ਵਾਲੇ ਹਨਾ ਪੰਜਾਬੀ ਨਾਮ ਵੀ ਲੱਗ ਰਿਹਾ ਵਧੀਆ ਹੋਊਗਾ ਯਾ ਮਤਲਬ ਉਹ ਲੱਗਾ ਜਿਵੇਂ ਵਿਆਹ ਸ਼ਾਦੀ ਚ ਲੱਗ ਰਿਹਾ ਹਾਂ ਮੈਨੂੰ ਇਹ ਲੱਗ ਰਿਹਾ ਬਟ ਦੇਖਦੇ ਹਾਂ ਲੈਟਸ ਸੀ ਕੀ ਹੋਊਗਾ ਪਰ ਉਸ ਤੋਂ ਪਹਿਲਾਂ ਹਾਂਜੀ ਉਸ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਐਂਡ ਪ੍ਰੈਸ ਦਾ ਬੈਲ ਆਈਕਨ ਐਸ ਵੈਲ ਤਾਂ ਜੋ ਨੋਟੀਫਿਕੇਸ਼ਨਸ ਤੁਹਾਨੂੰ ਮਿਲ ਜਾਣ ਸੋ ਵੀਡੀਓ ਕਰਦੇ ਸ਼ੁਰੂ ਲੈਟ ਗੈਟ ਸਟਾਰਟਡ ਇਹਦੀ ਇੰਟਰੋ ਚ ਆਏ ਕੋਕ ਸਟੂਡੀਓ 11 ਨਹੀਂ ਬੋਲਦੇ ਨਾ ਜਿਵੇਂ ਪਿਛਲੀਆਂ ਦੀ ਬੋਲਦੇ ਹੁੰਦੇ ਸੀ ਵੌਇਸ ਓਵਰ ਬਣਾਇਆ ਸੀ ਇੰਟਰੋ ਚ ਸਟਾਰਟਿੰਗ ਦਾ ਸਲੋ ਮੋਸ਼ਨ ਚ ਹੋ ਰਹੀ ਹੈ ਐਨੀਮੀਜ਼ ਕੀ ਲੱਗ ਰਿਹਾ ਸੌਂਗ ਸਟਾਰਟਿੰਗ ਤੇ ਇੱਕ ਮੁੰਡੇ ਦੀ ਗੱਲ ਹੋ ਰਹੀ ਨਾ ਜਿਵੇਂ ਵੀ ਸ਼ੀਸ਼ੇ ਮੁਰੇ ਤਿਆਰ ਹੁੰਦਾ ਗਿਆ ਇਹ ਗਾਣਾ ਸੁਣਨਾ ਵੀ ਇਹਨਾਂ ਤੇ ਲੱਗਣਾ ਸੀ ਹੋਰ ਕਿਸੇ ਲੱਗਣਾ ਵੀ ਨਹੀਂ ਗਾਣਾ ਜਿੰਨਾ ਵੀ ਇਹਨਾਂ ਦੇ ਫੇਸ ਤੇ ਆ ਮੂੰਹ ਤੇ ਆ ਬਾਕੀ ਜਿਹੜੇ ਮਗਰ ਸਪੋਰਟਿੰਗ ਕਰ ਰਹੇ ਆ ਨਾ ਉਹ ਬਹੁਤ ਵਧੀਆ ਕੰਪੋਜੀਸ਼ਨ ਬਣਾਈ ਇਹਨਾਂ ਨੇ ਬਹੁਤ ਵਧੀਆ ਮੈਨੇਜ ਕਰ ਰਹੇ ਆ ਚੰਗੇ ਬੱਚੇ ਬਣ ਕੇ ਸ਼ਲਾ ਕੇ ਕੰਗ ਸ਼ੰਗੀ ਵਾ ਕੇ
Amazing है यार Okay, so this is the video. Amazing, yeah. Brilliant. मजा आया पूरा फोन सुन के ना. मतलब बहुत ज़्यादा मतलब कभी मैं पहली नहीं पहली बार सुनी है मतलब इधर ही चीज़ सॉन्ग इधर ना इधर हाँ मैं कभी नहीं सुनी ना इंडिया वालों ना पाकिस्तान कन्वर्सेशनल जा सॉन्ग है मतलब गलबाज़ ही हो रही है ते अमेजिंग सी मतलब सारे ने एंजॉय कर रहे थे पूरा ਤੇ ਕਿੰਨਾ ਖੁਸ਼ ਹੋ ਗਏ ਨੇ ਪੂਰਾ ਫੀਲਿੰਗ ਨਾਲ ਗਾਇਆ ਨਾ ਇਦਾਂ ਦੇ ਗਾਣੇ ਜੱਜਦੇ ਵੀ ਇਹਨਾਂ ਦੇ ਮੂੰਹ ਤੋਂ ਹੀ ਆ ਯਾਰ ਜਿਵੇਂ ਆਪਾਂ ਅੱਗੇ ਵੀ ਦੇਖਿਆ ਪ੍ਰੀਤੋ ਮੇਰੇ ਨਾਲ ਵਿਆਹ ਕਰ ਲਿਆ ਸੀ ਆਇਆ ਨਾ ਤੇ ਉਦਾਂ ਹੀ ਹੁਣ ਇਹ ਸੀਗਾ ਮਤਲਬ ਕਿੰਨਾ ਫਨੀ ਲੱਗ ਰਿਹਾ ਸੀਗਾ ਕਿੰਨਾ ਐਕਸਾਈਟਮੈਂਟ ਸੀ ਇਹਨਾਂ ਦੀ ਵੀ ਅਸੀਂ ਇਹ ਸੌਂਗ ਗਾਉਂਦੇ ਆ ਨਾ ਮੈਨੂੰ ਤਾਂ ਬਹੁਤ ਅੱਛਾ ਲੱਗਾ ਯਾਰ ਕੁੱਲ ਮਿਲਾ ਕੇ ਹਾਂਜੀ ਸੋਰੀ ਤੁਸੀਂ ਪਲੀਜ਼ ਇਸ ਸੀਜ਼ਨ ਦੀ ਵੀ ਇਸ ਸੀਜ਼ਨ ਕੋਕਸਟੂਰੀ ਦੇ ਇਸ ਸੀਜ਼ਨ ਦੀ ਗੱਲ ਵੀ ਗੱਲ ਹੋ ਰਹੀ ਹੈ ਨਾਲ ਕਿ ਇਸ ਸੀਜ਼ਨ ਦੇ ਵਿੱਚ ਵੀ ਜਿਹੜਾ ਆਹ ਵਾਲਾ ਸੌਂਗ ਹੈ ਇਹ ਮੇਰਾ ਵੀ ਫੇਵਰਿਟ ਬਣ ਚੁੱਕਿਆ ਤੇ ਮੇਰੇ ਖਿਆਲ ਤੁਹਾਡਾ ਵੀ ਹਾਂਜੀ ਕਿਉਂਕਿ ਸਭ ਤੋਂ ਯੂਨੀਕ ਹੈ ਇਹ ਚੀਜ਼ ਹਾਂ ਕਿਸੇ ਨੇ ਇਹਦਾ ਲਈ ਟਰਾਈ ਨਹੀਂ ਕੀਤੀ ਐਂਡ ਇਹਨਾਂ ਨੇ ਮਤਲਬ ਸੌਂਗਸ ਨੂੰ ਜਿਹੜੀ ਕੰਪੋਜੀਸ਼ਨ ਬਣਾਈ ਹੈ ਉਹਦੇ ਵਿੱਚ ਕਿੰਨੀਆਂ ਵੇਰੀਏਸ਼ਨਸ ਆ ਵੀ ਨੀਵਾ ਵੀ ਗਾਉਂਦੇ ਆ ਉੱਚਾ ਵੀ ਗਾ ਰਹੇ ਆ ਤੇਜ਼ ਵੀ ਗਾ ਰਹੇ ਆ ਬ੍ਰੈਥਲੈਸ ਵੀ ਗਾ ਰਹੇ ਆ ਐਂਡ ਜਿਹੜੇ ਮਗਰ ਉਹ ਦੋ ਕੁੜੀਆਂ ਤੇ ਦੋ ਮੁੰਡੇ ਆ ਉਹਨਾਂ ਨੇ ਵੀ ਬਹੁਤ ਵਧੀਆ ਗਾਇਆ ਯਾਰ ਉਹਨਾਂ ਨੇ ਕਿਆ ਸਪੋਰਟ ਕੀਤੀ ਹੈ ਇਹਨਾਂ ਦੀ ਮਤਲਬ ਆਈ ਨਹੀਂ ਹੈ ਕਿ ਉਹ ਸਿਰਫ ਅੱਗੇ ਹੁੰਦਾ ਸਿਰਫ ਅੰਤਰੇ ਤੇ ਮਤਲਬ ਸਪੋਰਟ ਕਰਦੇ ਆ ਪਰ ਇਹ ਪੂਰਾ ਪੂਰੇ ਗਾਣੇ ਵਿੱਚ ਉਹਨਾਂ ਦੀ ਇਨਵੋਲਵਮੈਂਟ ਸੀਗੀ ਵੀ ਉਹ ਜਦੋਂ ਇਕੱਠੇ ਗਾ ਰਹੇ ਆ ਉਹ ਇੱਕ ਕੁੜੀ ਉਹਦੇ 'ਚ ਸਕੇਲ ਉੱਚਾ ਚੱਕਦੀ ਹੈ ਜਿਵੇਂ ਇੱਕ ਹੀ ਕੁੜੀ ਹੋਏ ਹੋਏ ਗਾ ਰਹੀ ਹੈ ਨਾ ਅਤੇ ਮੁੰਡਿਆਂ ਦੀ ਆਵਾਜ਼ ਜਿਹੜੀ ਅਬਰਾਰ ਅਲ ਹੱਕ ਜੋ ਗਾ ਰਹੇ ਆ ਉਹਨਾਂ ਦੇ ਨਾਲ ਮੈਚ ਕਰ ਰਹੀ ਹੈ ਕੁੜੀਆਂ ਦੀ ਆਵਾਜ਼ ਤਿੱਖੀ ਹੁੰਦੀ ਹੈ ਇਸ ਕਰਕੇ ਉਹ ਥੋੜ੍ਹਾ ਉੱਚਾ ਗਾਉਂਦੀਆਂ ਤਾਂ ਉਹ ਇੱਕ ਅਲੱਗ ਹੀ ਟੋਨ ਬਣਦੀ ਹੈ ਅਲੱਗ ਹੀ ਇੱਕ ਮਤਲਬ ਰਿਦਮ ਜੀ ਪਾਉਂਦੀ ਬਹੁਤ ਵਧੀਆ ਲੱਗਾ ਯਾਰ ਕਹਿਣ ਦਾ ਮਤਲਬ ਅਤੇ ਮਿਊਜ਼ਿਕ ਵੀ ਆਪਦੀ ਥਾਂ ਬਹੁਤ ਅੱਛਾ ਸੀਗਾ ਹੈ ਨਾ ਐਂਡ ਕੰਪੋਜੀਸ਼ਨ ਵਧੀਆ ਹੈ ਲਿਰਿਕਸ ਔਸਮ ਹੈ ਮਤਲਬ ਫਨੀ ਹੈ ਰਿਲੇਟ ਕਰ ਸਕਦੇ ਹਾਂ ਜਿਹੜੇ ਆਪਣੇ ਲਾਈਫ ਦੇ ਵਿੱਚ ਹੁੰਦੇ ਆ ਸੌਂਗ ਮਤਲਬ ਸ਼ੀਸ਼ੇ ਮੂਰੇ ਖੜ ਕੇ ਜੈਲ ਸ਼ੈਲ ਲਾ ਕੇ ਚੰਗੇ ਬੱਚੇ ਬਣ ਕੇ ਹਨਾ ਤੇ ਉਹ ਚੀਜ਼ਾਂ ਇੱਕ ਤਾਂ ਫਨੀ ਲੱਗਦੀਆਂ ਨਾਲੇ ਉਹ ਚੀਜ਼ਾਂ ਆਪਦੇ ਆਪ ਨੂੰ ਨਾ ਆਪਾਂ ਰਿਲੇਟ ਕਰ ਸਕਦੇ ਹਾਂ ਕਿ ਯਾਰ ਹਾਂ ਇਹ ਸੱਚ ਆ ਤੇ ਉਹ ਚੀਜ਼ਾਂ ਫਿਰ ਜ਼ਿਆਦਾ ਵਧੀਆ ਲੱਗਦੀਆਂ ਦੈਟਸ ਵਾਈ ਜਿਹੜਾ ਸੌਂਗ ਆ ਉਹ ਸਾਡੇ ਵੱਲੋਂ ਬਹੁਤ ਲਾਈਕ ਕੀਤਾ ਗਿਆ ਵੀ
ਤੁਹਾਨੂੰ ਕਿਦਾਂ ਦਾ ਲੱਗਿਆ ਸਾਨੂੰ ਨੀਚੇ ਕਮੈਂਟ ਕਰਕੇ ਜ਼ਰੂਰ ਦੱਸੋ ਹੋਰ ਅੱਜ ਵੀ ਲਾਈਕ ਸ਼ੇਅਰ ਕਰਨਾ ਬਿਲਕੁਲ ਡੈਫੀਨਿਟਲੀ ਤੇ ਬਾਕੀ ਜੋ ਸਿੰਗਰ ਨੇ ਇਹਨਾਂ ਤੋਂ ਜਿਹੜੀਆਂ ਐਕਸਪੈਕਟੇਸ਼ਨਸ ਆ ਉਹ ਹਮੇਸ਼ਾ ਹਰ ਸੌਂਗ ਤੇ ਜ਼ਿਆਦਾ ਰਹਿੰਦੀਆਂ ਕਿ ਕਿਉਂਕਿ ਇਹਨਾਂ ਦਾ ਜਿਹੜਾ ਸਟੈਂਡਰਡ ਸੈੱਟ ਕੀਤਾ ਹੋਇਆ ਉਹ ਬਹੁਤ ਹਾਈ ਹੁੰਦਾ ਉਹ ਇੱਕ ਭੰਗੜੇ ਵਾਲਾ ਸੌਂਗ ਮੇਰੇ ਖਿਆਲ ਭੰਗੜੇ ਦੀ ਟੋਨ ਵਿੱਚ ਆਰਿਫ ਲਾਹੌਰ ਵੀ ਬਹੁਤ ਵਧੀਆ ਗਾਉਂਦੇ ਆ ਪਰ ਇਹ ਜ਼ਿਆਦਾ ਉਹਨਾਂ ਨਾਲੋਂ ਮੈਨੂੰ ਪਰਸਨਲੀ ਮਤਲਬ ਕਿ ਮੈਨੂੰ ਜ਼ਿਆਦਾ ਇਹ ਪਸੰਦ ਆ ਅਤੇ ਉਹ ਵੀ ਬਹੁਤ ਅੱਛਾ ਗਾਉਂਦੇ ਆ ਅਤੇ ਮਤਲਬ ਇੱਕ ਸਟੈਂਡਰਡ ਸੈੱਟ ਕੀਤਾ ਇਹਨਾਂ ਨੂੰ ਹਰ ਸੌਂਗ ਦੇ ਵਿੱਚ ਇਹਨਾਂ ਨੂੰ ਕੁਛ ਨਾ ਕੁਛ ਅੱਗੇ ਕਰਨਾ ਪੈਂਦਾ ਨਾ ਨਵੀਂ ਚੀਜ਼ ਕਰਨੀ ਪੈਂਦੀ ਹੈ ਐਨੀਵੇਜ਼ ਸੋ ਗਾਈਜ਼ ਇਸ ਅੱਜ ਵੀਡੀਓ ਤੁਹਾਨੂੰ ਚੰਗੀ ਲੱਗੀ ਜਾਂ ਨਹੀਂ ਸਾਨੂੰ ਨੀਚੇ ਕਮੈਂਟ ਕਰਕੇ ਦੱਸੋ ਅਤੇ ਲਾਈਕ ਕਰਨਾ ਨਾ ਭੁੱਲਿਓ ਚੈਨਲ ਕਰ ਦਿਓ ਸਬਸਕ੍ਰਾਈਬ ਅਸੀਂ ਲੱਗਦਾ ਤੁਹਾਨੂੰ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਅਤੇ ਚੱਕੀ ਰੱਖੋ ਇਦਾਂ ਹੀ ਕੰਮ